ਜੀਰਾ ਦੀ ਹੱਦ ਨਾਲ ਲੱਗਦੇ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਸ਼ਮਸ਼ਾਨ ਘਾਟ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਕਸਬਾ ਮੱਲਾਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਮ੍ਰਿਤਕ ਦੇ ਫੁੱਲ ਚੁਗਣ ਗਏ ਲੋਕਾਂ ਨੂੰ ਉਦੋਂ ਧਾਰਮਿਕ ਸੱਟ ਲੱਗੀ ਜਦੋਂ ਉੱਥੇ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ। ਸ਼ਮਸ਼ਾਨ ਘਾਟ ਵਿਖੇ ਧਾਰਮਿਕ ਗ੍ਰੰਥ ਦੀ ਹੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਉੱਤੇ ਜਿੱਥੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਉੱਥੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਗੁਟਕਾ ਸਾਹਿਬ ਸੁਖਮਨੀ ਸਾਹਿਬ ਦੇ ਅੰਗ ਮਿਲੇ ਨੇ ਸ਼ਮਸ਼ਾਨ ਘਾਟ ਦੇ ਵਿੱਚੋਂ ਮੱਲਾਂ ਵਾਲੇ ਦੇ ਵਿੱਚੋਂ, ਇਹ ਬਹੁਤ ਹੀ ਮਦਭਾਗੀ ਘਟਨਾ ਹੈ। ਔਰ ਜਿਨ੍ਹਾਂ ਵੀ ਸ਼ਰਾਰਤੀ ਅਨਸਰਾਂ ਨੇ ਇਹੋ ਜਿਹੀ ਘਟੀਆ ਹਰਕਤ ਕੀਤੀ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹਾਂਗਾ ਔਰ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜਿਹੜੀ ਹੈ ਉਹ ਸਜ਼ਾ ਮਿਲੂਗੀ। ਉਹਨਾਂ ਨੂੰ SSP ਸਾਹਿਬ ਨੂੰ ਕਹਿ ਦਿੱਤਾ, SP ਸਾਹਿਬ ਆਏ ਨੇ ਬੁਕਰ ਆਏ ਜੀ, ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਉਹ ਇਨਵੈਸਟੀਗੇਸ਼ਨ ਕਰਕੇ ਉਹਨਾਂ 'ਤੇ ਕੇਸ ਦਰਜ ਕੀਤਾ ਜਾਵੇ ਔਰ ਜੋ ਬਣਦੀ ਕਾਰਵਾਈ ਹੋਵੇ। ਬੇਅਦਬੀ ਜਿਹੜੀ ਹੋਈ ਹੈ ਅਤੇ ਅੱਗੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਵਾਸਤੇ ਕੋਈ ਆਪਾਂ ਮਤਲਬ ਕੋਈ ਪ੍ਰਸ਼ਾਸਨ ਵੱਲੋਂ ਕੋਈ ਫੌਜੀ ਕੁੱਤੇ ਜਾਂ ਨਹੀਂ? ਦੇਖੋ, ਗੱਲ ਇਸ ਤਰ੍ਹਾਂ ਕਿ ਹਰ ਕੇਸ ਦੇ ਉੱਤੇ ਡਿਪੈਂਡ ਕਰਦਾ। ਇਹਦੇ 'ਚ ਇਹ ਹੈ ਵੀ ਕੋਈ ਇੱਥੇ ਡੈਥ ਹੋਈ ਸੀ, ਫੁੱਲ ਚੁਗਣ ਗਏ ਸੀ ਇੱਥੇ ਸੰਗਤ, ਅਤੇ ਉੱਥੇ ਲੇਡੀਜ਼ ਨੇ ਇਹ ਦੇਖੇ ਨੇ ਇੱਕ ਸਾਈਡ 'ਤੇ ਬੈਠ ਕੇ। ਉਹ ਤੋਂ ਪਹਿਲਾਂ ਵੀ ਮਤਲਬ ਇਹ ਜਿਹੜੀ ਫਸਟ ਇਨਫੋਰਮੇਸ਼ਨ ਹੈ ਉਹ ਤੋਂ ਪਹਿਲਾਂ ਹੀ ਉੱਥੇ 100 ਬੰਦਾ ਜਾ ਚੁੱਕਾ।